ਅਕਾਲੀ ਦਲ ਨੇ ਪਿਛਲੇ 10 ਸਾਲਾਂ ਵਿੱਚ ਬਠਿੰਡਾ 'ਚ ਕਾਫੀ ਤਬਦੀਲੀ ਲਿਆਂਦੀ। ਬਠਿੰਡਾ ਦੇ ਸਾਰੇ ਕੰਮ ਅਕਾਲੀ ਬੀਜੇਪੀ ਸਰਕਾਰ 'ਚ ਹੋਏ। ਜੋ ਫੰਡ ਸਰਕਾਰ ਨੇ ਬਠਿੰਡਾ ਕਾਰਪੋਰੇਸ਼ਨ ਨੂੰ ਦੇਣੇ ਚਾਹੀਦੇ ਸੀ, ਪਰ ਸਰਕਾਰ ਨੇ ਬਠਿੰਡਾ ਕਾਰਪੋਰੇਸ਼ਨ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ। ਪੰਜਾਬ ਸਰਕਾਰ ਨੂੰ ਪਤਾ ਹੈ ਕਿ ਤੀਜੀ ਵਾਰ ਅਕਾਲੀ ਬੀਜੇਪੀ ਦਾ ਮੇਅਰ ਬਣਨਾ ਹੈ, ਇਸ ਲਈ ਸਰਕਾਰ ਕਾਰਪੋਰੇਸ਼ਨ ਦੇ ਇਲੈਕਸ਼ਨ ਤੋਂ ਭੱਜੀ। ਲੋੜ ਪਈ ਤਾਂ ਜਾਵਾਂਗੇ ਕੋਰਟ, ਸਰੂਪਜਾ ਸਿੰਗਲਾ। ਬਠਿੰਡਾ ਨੂੰ ਨੰਬਰ 1 'ਤੇ ਅਸੀਂ ਲਿਆਂਦਾ, ਪਰ ਕੂੜਾ ਡੰਪ ਨੂੰ ਅਸੀਂ ਬਾਹਰ ਕੱਢਣਾ ਚਾਹੁੰਦੇ ਸੀ। ਸਰਕਾਰ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ। ਮੇਅਰ ਬਲਵੰਤ ਰਾਏ ਨਾਲ ਪੂਰੇ 10 ਸਾਲ ਜੋ ਬਠਿੰਡਾ ਕਾਰਪੋਰੇਸ਼ਨ ਨੂੰ, ਵੈਸੇ 12-13 ਸਾਲ ਹੋਊ ਨਾ, ਜਦੋਂ ਦੀ ਇਲੈਕਸ਼ਨ ਹੋਣ ਤੋਂ ਬਾਅਦ ਜੋ ਪਹਿਲੇ ਮੇਅਰ ਬਣੇ ਸਰਦਾਰ ਬਲਜੀਤ ਸਿੰਘ ਜੀ ਬੀੜ ਬਹਿਮਣ ਸਾਹਿਬ, ਦੂਸਰੇ ਮੇਅਰ ਬਲਵੰਤ ਰਾਏ ਨਾਥ ਜੀ ਬਣੇ, ਇਹ 10 ਸਾਲਾਂ ਦੇ ਵਿੱਚ ਬਠਿੰਡਾ ਕਾਰਪੋਰੇਸ਼ਨ ਨੇ ਬਹੁਤ ਵੱਡੀ ਤਬਦੀਲੀ ਸ਼ਹਿਰ ਦੇ ਵਿੱਚ ਲੈ ਕੇ ਆਉਂਦੀ। ਬੜੀ ਵੱਡੀ ਡਿਵੈਲਪਮੈਂਟ ਹੋਈ, ਘਰ ਘਰ ਸੀਵਰ ਪਾਣੀ ਪਿਆ, ਔਰ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਜ਼ਰੂਰਤ ਸੀ ਉਹ ਦਿੱਤੀਆਂ। ਅਤੇ ਹੁਣ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਸਾਡੇ ਬਲਵੰਤ ਰਾਏ ਨਾਥ ਜੀ, ਜਿਨ੍ਹਾਂ ਦੇ ਕੱਲ੍ਹ 8 ਤਰੀਕ ਨੂੰ ਪੂਰੇ 5 ਸਾਲ ਹੁਣ ਜਾ ਰਹੇ ਆ, ਉਹਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ। ਤੁਹਾਨੂੰ ਸਾਰਿਆਂ ਨੂੰ ਡਿਟੇਲ ਦੇ ਵਿੱਚ ਲਿਸਟ ਜਿੰਨੇ ਵੀ ਕੰਮ ਬਠਿੰਡਾ ਕਾਰਪੋਰੇਸ਼ਨ ਪਿਛਲੇ 5 ਸਾਲਾਂ ਦੇ ਵਿੱਚ ਕੀਤੇ ਆ ਉਹ ਦਿੱਤੇ ਗਏ ਨੇ। ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਮੇਂ ਹੋਇਆ। ਜਦੋਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਅਤੇ ਇੱਥੋਂ MLA ਮਨਪ੍ਰੀਤ ਸਿੰਘ ਬਾਦਲ ਬਣੇ ਨੇ, ਉਸ ਟਾਈਮ ਦੇ ਉੱਤੋਂ ਨਾ ਤਾਂ ਕਾਰਪੋਰੇਸ਼ਨ ਨੂੰ ਜੋ ਰੁਤਬਾ ਚਾਹੀਦਾ ਸੀ MLA ਨੂੰ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ, ਕੋਈ ਫੰਡ ਨਹੀਂ ਦਿੱਤਾ, ਔਰ ਸੰਘਾਂ ਦੇ ਜੋ ਫੰਡ ਮਿਲੇ ਹੋਏ ਸੀ ਉਹਨਾਂ ਫੰਡਾਂ ਨੂੰ ਲਿਜਾ ਕੇ ਇਹ ਕਹਿ ਸਕਦੇ ਹਾਂ ਕਿ ਬਠਿੰਡਾ ਕਾਰਪੋਰੇਸ਼ਨ ਦੇ ਨਾਲ ਇੱਕ ਮੀਂਹ ਮਾਲਾ ਸਲੂਕ ਕੀਤਾ। ਉਹ ਸਾਰੀ ਡਿਟੇਲ ਦੇ ਵਿੱਚ ਅਸੀਂ ਜੋ ਕਰਨਾ ਚਾਹੁੰਦੇ ਸੀਗੇ ਉਹ ਵੀ ਡਿਟੇਲ ਦੇ ਵਿੱਚ ਮੇਅਰ ਸਾਹਿਬ ਨੇ ਆਪਦੇ ਲਈ ਲਿਖ ਕੇ ਦਿੱਤਾ। ਅਤੇ ਮੈਂ ਇਹ ਕਹਿ ਸਕਦਾ ਕਿ ਸਾਡੇ ਵਾਸਤੇ ਇਹ 5 ਸਾਲ ਬੜੇ ਸੁਨਹਿਰੀ ਸਾਲ ਰਹੇ ਨੇ, ਅਤੇ ਸਾਨੂੰ ਇਹ ਜਿਹੜੀ ਸਰਕਾਰ ਹੈ ਇਹ ਇਲੈਕਸ਼ਨਾਂ ਤੋਂ ਭੱਜੀ ਹੈ। ਹੁਣ ਤੱਕ ਇਲੈਕਸ਼ਨ ਹੋ ਜਾਣੇ ਚਾਹੀਦੇ ਸੀਗੇ, ਇਲੈਕਸ਼ਨ ਨਹੀਂ ਹੋਏ, ਤਾਂ ਮੈਂ ਕਹਿ ਸਕਦਾ ਕਿ ਜੋ ਸਾਨੂੰ ਲੋਕਾਂ ਦਾ ਹੱਕ ਹੈ, ਰਾਈਟ ਹੈ, ਜੋ ਉਹਨਾਂ ਦੇ ਪ੍ਰਤੀਨਿਧੀ ਚੁਣਨ ਦਾ ਜਾਂ ਲੋਕ ਰਾਜ ਦੇ ਜਿਹੜੀ ਹੈਗੀ ਹੈ ਲੋਕਲ ਬੋਡੀ ਦੇ ਵਿੱਚ ਚੋਣਾਂ ਹੋਣ ਚਲੀ ਸੀ, ਇਹ ਸਰਕਾਰ ਦੀ ਢਿੱਲ ਮਿੱਠ ਕਾਰਨ, ਜਾਂ ਇਹ ਕਹਿ ਸਕਦੇ ਕਿ ਉਹ ਉਹਨਾਂ ਨੂੰ ਪਤਾ ਹੈ ਕਿ ਅਸੀਂ ਹਾਰਨਾ, ਕਾਂਗਰਸ ਪਾਰਟੀ ਨੂੰ ਪਤਾ ਵੀ ਇਹਨਾਂ ਨੇ ਤੀਸਰੀ ਵਾਰ ਇਹਨਾਂ ਦਾ ਮੇਅਰ ਨਹੀਂ ਬਣਨਾ, ਇਸ ਕਰਕੇ ਉਹ ਚੋਣਾਂ ਤੋਂ ਭੱਜ ਰਹੀ ਹੈ। ਅਸੀਂ ਤੁਹਾਡੇ ਰਾਹੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਲੋਕਾਂ ਦਾ ਹੱਕ ਹੈ ਉਹ ਦਿੱਤਾ ਜਾਵੇ, ਜਲਦੀ ਇਲੈਕਸ਼ਨ ਕੋਰਟ 'ਚ ਵੀ ਜਾ ਸਕਦੇ ਜੇ ਨਹੀਂ ਕਰਾਉਣੀ ਕੋਰਟ 'ਚ। ਚਲੋ ਵੀ ਐਕਟਿਵ ਵਰਕਰ ਨਹੀਂ ਗਿਆ, ਜੋ ਪਹਿਲਾਂ ਵੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਰਹੀ ਹੈ ਉਹ ਕੋਈ ਵਰਕਰ ਗਏ ਹੋਣੇ, ਪਰ ਬਠਿੰਡਾ ਸ਼ਹਿਰ 'ਚ ਕੋਈ ਐਕਟਿਵ ਵਰਕਰ ਦੁਨੀਆਂ 'ਤੇ ਹੋਏ ਨਹੀਂ। ਅੱਜ ਜਿਹੜਾ ਸਾਡਾ ਮੇਨ ਸੀ ਆਪ ਜੀ ਨੂੰ ਸਾਰਾ ਧਿਆਨ 'ਚ ਲਿਆਉਣਾ ਸੀਗਾ ਵੀ ਜੋ ਅਸੀਂ ਆਪਣੇ ਟਾਈਮ ਮੌਕੇ ਬਠਿੰਡੇ ਸ਼ਹਿਰ ਵਾਸਤੇ ਕੰਮ ਕੀਤੇ ਨੇ ਉਹਦੀ ਤੁਹਾਨੂੰ ਲਿਸਟ ਤੁਹਾਨੂੰ ਪਹੁੰਚ ਗਈ, ਔਰ ਜਿਹੜੇ ਕੰਮ ਅਸੀਂ ਕਰਨਾ ਚਾਹੁੰਦੇ ਸੀ ਉਸਦਾ ਵੀ ਜਿਹੜਾ ਹੈਗਾ ਤੁਹਾਡੇ ਕੋਲ ਲਿਸਟ ਜਿਹੜੀ ਪਹੁੰਚਾ ਦਿੱਤੀ। ਔਰ ਜਿਸ ਤਰ੍ਹਾਂ ਬਠਿੰਡਾ 1 ਨੰਬਰ 'ਤੇ ਆਇਆ, ਜਿਸ ਤਰ੍ਹਾਂ ਕਿ ਘਰ ਘਰ 100% ਵਾਟਰ ਸਪਲਾਈ ਦਾ ਪਾਣੀ ਅਤੇ ਸੀਵਰੇਜ ਜਿਹੜਾ ਬਠਿੰਡੇ ਦੇ ਵਿੱਚ ਜਿਹੜਾ ਅਸੀਂ ਤਰਬੈਣੀ ਕੋਲ ਕੰਮ ਹੈਗਾ ਜਿਹੜਾ ਕੰਟੀਨਿਊਜ਼ ਕੰਮ ਚੱਲ ਰਿਹਾ,
ਔਰ ਇਸ ਦੇ ਨਾਲ ਜਿਸ ਤਰ੍ਹਾਂ ਕਿ ਬਠਿੰਡੇ ਨੂੰ ਹਰਾ ਭਰਿਆ ਬਣਾਉਣ ਵਾਸਤੇ ਹਰ ਤਰ੍ਹਾਂ ਦੀ ਕੋਰ ਕਸਰ ਨਹੀਂ ਛੱਡੀ, ਔਰ ਜਿਸ ਤਰ੍ਹਾਂ ਕੁਛ ਕੰਮ ਜਿਹੜੇ ਕਾਫੀ ਨੇ ਲਿਸਟ 'ਚ, ਔਰ ਜਿਵੇਂ ਅਸੀਂ ਮੈਂ ਕਹਿ ਦਿਆਂ ਵੀ ਕੁਛ ਕੰਮ ਅਸੀਂ ਕਰਨਾ ਚਾਹੁੰਦੇ ਸੀ, ਜਿਸ ਤਰ੍ਹਾਂ ਕਿ ਇੱਥੇ ਕੂੜੇਵਾਲ ਡੰਪ ਹੈ ਅਸੀਂ ਇਸ ਨੂੰ ਬਾਹਰ ਕੱਢਣਾ ਚਾਹੁੰਦੇ ਸੀਗੇ, ਔਰ ਕਈ ਥਾਂ 'ਤੇ ਅਸੀਂ ਜਿਹੜਾ ਪਾਰਕ ਵਗੈਰਾ ਬਣਾਉਣਾ ਚਾਹੁੰਦੇ ਸੀ, ਔਰ ਜਿਹੜਾ ਐਸੀ ਜਿਹੜਾ ਮੀਟਿੰਗ ਦੇ ਵਿੱਚ ਅਸੀਂ ਕੁਛ ਮੁੱਦੇ ਜਿਹੜੇ ਐਸੇ ਪਾਸ ਕਰਨੇ ਸੀ, ਸਰਕਾਰ ਤੋਂ ਫੰਡ ਮੰਗਣਾ ਚਾਹੁੰਦੇ ਸੀ, ਉਹਦੇ ਵਾਸਤੇ ਜਿਹੜਾ ਬਜਟ ਦੇ ਵਿੱਚ ਰੱਖਿਆ ਜਾਵੇ, ਸੋ ਜਿਹੜਾ ਉਹ ਥੋੜ੍ਹਾ ਦੁੱਖ ਰਹੇਗਾ, ਮਲਾਲ ਰਹੇਗਾ ਮਨ ਦੇ ਉੱਤੇ। ਅਤੇ ਬਾਕੀ ਜਿਹੜਾ ਤੁਹਾਡੇ ਮੈਂ ਫਿਰ ਰੂਬਰੂ ਹੋਇਆ ਕਿ ਜਿਹੜੇ 5 ਸਾਲਾਂ ਦੇ ਵਿੱਚ ਜੋ ਤੁਸੀਂ ਆਸਾਂ ਕੀਤੀਆਂ ਸੀਗੀਆਂ, ਮੈਂ ਅਸੀਂ ਪੂਰੇ ਸਾਡੇ ਹਾਊਸ ਨੇ ਮੈਂ ਨਾਲ ਸੀ, ਅਸੀਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕੀਤੀ ਕਿ ਅਸੀਂ ਪੂਰੇ ਉਤਰੀਏ, ਅਤੇ ਜੇ ਕੋਈ ਕਿਸੇ ਦਾ ਕੰਮ ਰਹਿ ਗਿਆ ਹੋਵੇ ਗਿਰਦੀ ਉਹਦੀ ਵੀ ਅਸੀਂ ਅੱਜ ਜਿਹੜੀ ਖਿਮਾਂ ਚਾਹਾਂਗੇ ਲਗਾਤਾਰ ਕੰਟੀਨਿਊ, ਭਾਵਾਂ ਸੀਟ 'ਤੇ ਹੋਈਏ ਨਾ ਹੋਈਏ, ਲੇਕਿਨ ਕੰਮਾਂ ਵਾਸਤੇ ਅਸੀਂ ਹਮੇਸ਼ਾ ਹੀ ਗਤੀਸ਼ੀਲ ਰਹਾਂਗੇ। ਔਰ ਇਸ ਦੇ ਨਾਲ ਮੈਂ ਇੱਕ ਤੁਹਾਡੇ ਧਿਆਨ 'ਚ ਹੋਰ ਲਿਆਵਾਂਗਾ ਕਿ ਅਸੀਂ ਜੋ ਕਾਰਪੋਰੇਸ਼ਨ ਦੇ 100% ਪੀਣ ਵਾਲਾ ਪਾਣੀ ਅਤੇ ਵਾਟਰ ਸਪਲਾਈ ਵਾਸਤੇ ਜਿਹੜਾ ਅਸੀਂ ਹੁਡਕਾ ਤੋਂ ਲੋਨ ਲਿਆ ਸੀ, ਅਸੀਂ ਉਹ ਮੋੜ ਦਿੱਤਾ ਵਿਦ ਵਿਆਜ, ਅਸੀਂ ਕੋਈ ਵੀ ਕਾਰਪੋਰੇਸ਼ਨ ਦੇ ਉੱਤੇ ਕਰਜ਼ਾ ਜਿਹੜਾ ਹੈਗਾ ਉਹ ਛੱਡ ਕੇ ਨਹੀਂ ਚੱਲੇ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।